ਕਮਰਸ਼ੀਅਲ ਫਿਲਮਾਂ ਬਣਾਉਂਦੇ ਹਾਂ, ਅਸੀਂ ਕਮੇਡੀ ਫਿਲਮਾਂ ਬਣਾਉਂਦੇ ਹਾਂ, ਐਕਸ਼ਨ ਬਣਾਉਂਦੇ ਹਾਂ, ਰੋਮਾਂਟਿਕ ਬਣਾਉਂਦੇ ਹਾਂ, ਪਰ ਇਹੋ ਜਿਹੀ ਫਿਲਮ ਜਿਹੜੀ ਹੈ ਸਿੱਖਿਆ ਨੂੰ ਲੈ ਕੇ ਫਿਲਮ ਬਣਨੀ, ਇਹ ਸਾਡੇ ਲਈ ਆਪਣੇ ਆਪ ਸਿਨੇਮੇ 'ਚ ਸਿਨੇਮੇ ਨੂੰ ਵੱਡਾ ਕਰਨ ਵਾਲੀ ਗੱਲ ਹੈ। ਦੇਖੋ ਸਾਨੂੰ ਅਟਰੈਕਟ ਕਰ ਰਿਹਾ ਸ਼ਹਿਰ 'ਚ, ਅਸੀਂ ਇੱਥੇ ਰਹਿੰਦੇ ਹਾਂ, ਜਿਹੜੇ ਸਾਡੇ ਲੋਕ ਪੰਜਾਬੀ ਫੋਰਨ ਕੰਟਰੀ ਚਲੇ ਗਏ ਨੇ ਉਹ ਉਸ ਨੂੰ ਮਿਸ ਕਰ ਰਹੇ ਨੇ। ਬਿਲਕੁਲ, ਉਹਨਾਂ ਨੂੰ ਲੱਗਦਾ ਕਿ ਸਾਡਾ ਉਹੀ ਪਿੰਡ ਹੋਵੇ, ਸਾਡੀਆਂ ਉਹੀ ਗਲੀਆਂ ਹੋਣ, ਉਹੀ ਕੁੜੀਆਂ ਨੂੰ ਲੱਗਦਾ ਕਿ ਤਰਿੰਜਣ ਲੱਗਣ, ਅਸੀਂ ਗਿੱਧਾ ਪਾਈਏ, ਬੰਦਿਆਂ ਨੂੰ ਲੱਗਦਾ ਪ੍ਰਾਈਮਰੀ ਸਕੂਲ। ਕੁਝ ਸਕੂਲ ਬੰਦ ਹੋਣ ਜਾ ਰਹੇ, ਉਹਦਾ ਕਾਰਨ ਵੱਡਾ ਇਹ ਹੈ, ਪੇਰੈਂਟਸ ਦੇ ਮਨਾਂ 'ਚ ਗੱਲ ਬੈਠ ਗਈ ਕਿ ਜਿਹੜੇ ਵੱਡੇ ਸਕੂਲ ਨੇ, ਸ਼ਹਿਰਾਂ ਦੇ ਸਕੂਲ ਨੇ ਜਿੱਥੇ ਬਹੁਤ ਸਾਰੀਆਂ ਫੈਸਿਲਿਟੀਜ਼ ਨੇ, ਉਹ ਸਕੂਲ ਚੰਗੇ ਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਫੋਰਐਵਰ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਸੋ ਇੱਕ ਬੜੇ ਹੀ ਬਾਕਮਾਲ ਤਰੀਕੇ ਦੀ ਫਿਲਮ ਸਾਡੇ ਸਾਹਮਣੇ, ਇੱਕ ਅਸਲ ਮੁੱਦੇ ਨੂੰ ਸਾਹਮਣੇ ਰੱਖਦੀ ਫਿਲਮ ਪਿੰਡ ਵਾਲਾ ਸਕੂਲ, ਤੇ ਸਾਡੇ ਨਾਲ ਮਲਕੀਤ ਰਾਣੀ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਬਹੁਤ ਮੁਬਾਰਕ ਹੈ, ਇੱਕ ਬਹੁਤ ਹੀ ਵਧੀਆ ਮੁੱਦਾ ਤੁਸੀਂ ਸਾਹਮਣੇ ਲੈ ਕੇ ਪੇਸ਼ ਹੋਏ ਹੋ ਇਸ ਫਿਲਮ ਦੇ ਜ਼ਰੀਏ। ਬਹੁਤ ਮਿਹਰਬਾਨੀ ਜੀ। ਤੇ ਕਹਿੰਦੇ ਆ ਕਿ ਫਿਲਮ ਹਮੇਸ਼ਾ ਕਮਰਸ਼ੀਅਲ ਐਂਗਲ ਨਹੀਂ ਹੋਣੀ ਚਾਹੀਦੀ, ਸ਼ਾਇਦ ਸਿੱਖਿਆ ਦੇ ਨਾਲ ਇਹ ਫਿਲਮਾਂ ਇੰਡਸਟਰੀ ਦੇ ਵਿੱਚ ਆਉਣੀਆਂ ਬਹੁਤ ਜ਼ਰੂਰੀ ਨੇ। ਦੇਖੋ ਮੈਂ ਇਹ ਸਮਝਦਾ ਕਿ ਜਿਹੜਾ ਸਿਨੇਮਾ ਹੈ ਨਾ ਜੀ, ਸਿਨੇਮਾ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਿਨੇਮੇ ਦੇ ਰਾਹੀਂ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ, ਚੰਗੀ ਚੀਜ਼ ਨੂੰ ਪ੍ਰਮੋਟ ਕਰਨ ਦਾ ਸਾਧਨ ਵੀ ਹੈ। ਬਿਲਕੁਲ। ਸੋ ਅਸੀਂ ਇੱਕ ਚੰਗੀ ਚੀਜ਼ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਿਆ ਨੂੰ ਲੈ ਕੇ ਫਿਲਮ, ਕਿ ਜਿਹੜੇ ਸਾਡੇ ਬੇਸਿਕ ਸਕੂਲ ਸੀਗੇ ਜਿੱਥੋਂ ਸਾਡੀ ਬੇਸਿਕ ਪੜ੍ਹਾਈ ਸ਼ੁਰੂ ਹੁੰਦੀ ਹੈ, ਸਾਡਾ ਸ਼ੁਰੂਆਤ ਹੁੰਦੀ ਸਾਡੀ ਨਿਊ ਆਈਡੀ ਸਿੱਖਿਆ ਦੀ ਜੀ, ਪ੍ਰਾਇਮਰੀ ਸਕੂਲ। ਕੁਝ ਸਕੂਲ ਬੰਦ ਹੋਣ ਜਾ ਰਹੇ, ਉਹਦਾ ਕਾਰਨ ਵੱਡਾ ਇਹ ਹੈ, ਪੇਰੈਂਟਸ ਦੇ ਮਨਾਂ 'ਚ ਗੱਲ ਬੈਠ ਗਈ ਕਿ ਜਿਹੜੇ ਵੱਡੇ ਸਕੂਲ ਨੇ, ਸ਼ਹਿਰਾਂ ਦੇ ਸਕੂਲ ਨੇ ਜਿੱਥੇ ਬਹੁਤ ਸਾਰੀਆਂ ਫੈਸਿਲਿਟੀਜ਼ ਨੇ, ਉਹ ਸਕੂਲ ਚੰਗੇ ਹੁੰਦੇ ਨੇ ਜੀ। ਹਾਲਾਂਕਿ ਅਸੀਂ ਕਿਸੇ ਪ੍ਰਾਈਵੇਟ ਸਕੂਲ ਦੇ ਖਿਲਾਫ਼ ਨਹੀਂ, ਪ੍ਰਾਈਵੇਟ ਸਕੂਲ ਵੀ ਬਹੁਤ ਚੰਗੇ ਆਫਰ ਕਰਦੇ ਨੇ, ਪਰ ਸਾਡੇ ਪੇਰੈਂਟਸ ਦੇ ਮਨਾਂ 'ਚ ਇਹ ਗੱਲ ਬੈਠੀ ਹੋਈ ਹੈ, ਇਸ ਕਰਕੇ ਜਿਹੜੇ ਪਿੰਡਾਂ ਵਾਲੇ ਸਕੂਲ ਹੈ ਉਹ ਹੌਲੀ ਹੌਲੀ ਬੰਦ ਹੋ ਰਹੇ, ਕਿਉਂਕਿ ਬੱਚੇ ਘੱਟ ਨਹੀਂ ਉੱਥੇ ਜੀ। ਸੋ ਜਿਹੜੇ ਬੱਚੇ ਉੱਥੇ ਪੜ੍ਹਦੇ ਹੁੰਦੇ ਨੇ, ਮਤਲਬ 10 ਬੱਚੇ ਪੜ੍ਹਦੇ ਨੇ, 10 ਤੋਂ 5 ਤਾਂ ਨਾਲ ਦੇ ਪਿੰਡ ਚਲੇ ਜਾਣਗੇ, 5 ਬੱਚੇ ਪੜ੍ਹਦੇ ਨਹੀਂ ਘਰ ਰਹਿ ਜਾਂਦੇ, ਉਹ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ। ਸਾਨੂੰ ਲੱਗਦਾ ਕਿ ਸਾਡੇ ਸਮਾਜ ਦਾ ਉਹ ਪੱਖ ਹੈ, ਸਾਡਾ ਸਮਾਜ ਕਿਹੜੇ ਪਾਸੇ ਜਾਊਗਾ, ਉਹ ਬੱਚਿਆਂ ਦੀ ਜ਼ਿੰਦਗੀ ਦਾ ਕੀ ਬਣੂਗਾ। ਸੋ ਇਸ ਕਰਕੇ ਸਾਡੇ ਡਾਇਰੈਕਟਰ ਸਾਹਿਬ ਨੇ ਫਿਲਮ ਲਿਖੀ। ਸੋ ਮੈਂ ਸਮਝਦਾ ਕਿ ਸਾਡੇ ਸਿਨੇਮੇ ਦੇ ਵਿੱਚ ਇੱਕ ਬਹੁਤ ਚੰਗੀ ਗੱਲ ਕਹਿਣ ਦਾ ਉਪਰਾਲਾ ਕੀਤਾ ਗਿਆ, ਇਹ ਅਸੀਂ ਹਰ ਤਰ੍ਹਾਂ ਦੀ ਫਿਲਮਾਂ ਬਣਾਉਂਦੇ ਹਾਂ, ਕਮਰਸ਼ੀਅਲ ਫਿਲਮਾਂ ਬਣਾਉਂਦੇ ਹਾਂ, ਅਸੀਂ ਕਮੇਡੀ ਫਿਲਮਾਂ ਬਣਾਉਂਦੇ ਹਾਂ, ਐਕਸ਼ਨ ਬਣਾਉਂਦੇ ਹਾਂ, ਰੋਮਾਂਟਿਕ ਬਣਾਉਂਦੇ ਹਾਂ, ਪਰ ਇਹੋ ਜਿਹੀ ਫਿਲਮ ਜਿਹੜੀ ਹੈ ਸਿੱਖਿਆ ਨੂੰ ਲੈ ਕੇ ਫਿਲਮ ਬਣਨੀ, ਇਹ ਸਾਡੇ ਲਈ ਆਪਣੇ ਆਪ ਸਿਨੇਮੇ 'ਚ ਸਿਨੇਮੇ ਨੂੰ ਵੱਡਾ ਕਰਨ ਵਾਲੀ ਗੱਲ ਹੈ, ਸਿਨੇਮੇ ਨੂੰ ਹੋਰ ਬੁਲੰਦੀ ਲਿਜਾਣ ਵਾਲੀ ਗੱਲ ਹੈ। ਸੋ ਚੰਗਾ ਇਹੋ ਜਿਹੀ ਫਿਲਮ ਦਾ ਹਿੱਸਾ ਮੈਂ ਬਣਿਆ, ਮੇਰੇ ਲਈ ਧੰਨਵਾਦ। ਬਿਲਕੁਲ ਬਿਲਕੁਲ ਸਰ, ਜਿੱਦਾਂ ਤੁਸੀਂ ਗੱਲ ਕੀਤੀ ਨਾ ਪਿੰਡਾਂ ਦੇ ਵਿੱਚ, ਮੇਰੇ ਖਿਆਲ ਨਾਲ ਜਿੰਨੇ ਲੋਕ ਪਿੰਡਾਂ ਤੋਂ ਦੇਖਦੇ ਆ, ਉਹਨਾਂ ਨੂੰ ਮੇਰੇ ਖਿਆਲ ਨਾਲ ਇਹ ਚੀਜ਼ ਬਾਖੂਬੀ, ਉਹ ਚੀਜ਼ ਨਾਲ ਰਿਲੇਟ ਕਰਨਗੇ ਕਿ ਅਸੀਂ ਛੋਟੇ ਹੁੰਦੇ ਸਾਰਿਆਂ ਨੇ ਜਿਹੜਾ ਸਰਕਾਰੀ ਸਕੂਲ, ਐਟਲੀਸਟ ਉਹਦਾ ਸਾਰਿਆਂ ਨੇ ਦੇਖਿਆ, ਕਿਉਂਕਿ ਸ਼ੁਰੂਆਤ ਜਿਹੜਾ ਸਟਾਰਟਿੰਗ ਦੇ ਘਰ ਦੇ ਭੇਜ ਦਿੰਦੇ ਸੀ ਕਿ ਜਾਓ ਪਹਿਲਾਂ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਆਓ। ਸੋ ਉਹ ਜਿਹੜੀਆਂ ਚੀਜ਼ਾਂ ਸੀ ਸ਼ਾਇਦ ਜਿਹੜੀਆਂ ਉਹ ਨੇ ਉਹ ਸਿੱਖ ਕੇ ਅੱਜ ਇੱਥੇ ਤੱਕ ਅਸੀਂ ਤਾਂ ਹੀ ਪਹੁੰਚ ਗਏ, ਕਿਉਂਕਿ ਉਹ ਚੀਜ਼ਾਂ ਸਾਡੇ ਨਾਲ ਤੁਰੀਆਂ ਹੋਈਆਂ ਨੇ। ਸੋ ਅੱਜ ਦਾ ਜਿਹੜਾ ਮਾਹੌਲ ਹੈ ਸ਼ਾਇਦ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਸ਼ਹਿਰ ਹੈ ਉਹ ਅਟਰੈਕਟ ਬਹੁਤ ਜ਼ਿਆਦਾ ਕਰ ਰਿਹਾ, ਉਹ ਚੀਜ਼ਾਂ ਕਰਕੇ ਸਾਡੇ ਜਿਹੜੀਆਂ ਸਾਡੇ ਜੜ੍ਹਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉਹ ਸ਼ਾਇਦ ਹੁੰਦੀਆਂ ਜਾ ਰਹੀਆਂ ਨੇ। ਦੇਖੋ ਸਾਨੂੰ ਅਟਰੈਕਟ ਕਰ ਰਿਹਾ ਸ਼ਹਿਰ 'ਚ, ਅਸੀਂ ਇੱਥੇ ਰਹਿੰਦੇ ਹਾਂ ਜੀ, ਜਿਹੜੇ ਸਾਡੇ ਲੋਕ ਪੰਜਾਬੀ ਫੋਰਨ ਕੰਟਰੀ ਚਲੇ ਗਏ ਨੇ ਉਹ ਉਸ ਨੂੰ ਮਿਸ ਕਰ ਰਹੇ ਨੇ। ਬਿਲਕੁਲ, ਉਹਨਾਂ ਨੂੰ ਲੱਗਦਾ ਕਿ ਸਾਡਾ ਉਹੀ ਪਿੰਡ ਹੋਵੇ, ਸਾਡੀਆਂ ਉਹੀ ਗਲੀਆਂ ਹੋਣ, ਉਹੀ ਕੁੜੀਆਂ ਨੂੰ ਲੱਗਦਾ ਕਿ ਤਰਿੰਜਣ ਲੱਗਣ, ਅਸੀਂ ਗਿੱਧਾ ਪਾਈਏ, ਬੰਦਿਆਂ ਨੂੰ ਲੱਗਦਾ ਕਿ ਅਸੀਂ ਉਵੇਂ ਪਹਿਲਾਂ ਵਾਂਗ ਘਰਾਂ ਦੇ ਵਿੱਚ ਪਿੰਡਾਂ 'ਚ ਵਿਆਹ ਕਰੀਏ, ਇਕੱਠ ਕਰੀਏ, ਅਸੀਂ ਆਪਣੇ ਸਕੂਲਾਂ 'ਚ ਜਾਈਏ, ਅਸੀਂ ਦੋਸਤਾਂ ਮਿੱਤਰਾਂ ਨੂੰ ਮਿਲੀਏ, ਬਿਲਕੁਲ ਉਹਨਾਂ ਨੂੰ ਪੁੱਛੀਏ, ਉਹਨਾਂ ਨੂੰ ਇਹ ਕਹੀਏ ਕਿ ਅਸੀਂ ਆਪਣੇ ਪਿੰਡ ਦੇ ਸਕੂਲ ਲਈ ਕੀ ਕਰ ਸਕਦੇ ਹਾਂ, ਅਸੀਂ ਗਲੀਆਂ ਨਾਲੀਆਂ ਲਈ ਕੀ ਕਰ ਸਕਦੇ ਹਾਂ। ਬਹੁਤ ਸਾਰੇ NRI ਨੇ, ਭਰਾਵਾਂ ਨੇ, ਭੈਣਾਂ ਨੇ, ਸਾਡੇ ਬਹੁਤ ਸਾਰੇ ਸਕੂਲ ਜਿਹੜੇ ਅਡੋਪਟ ਕੀਤੇ ਹੋਏ ਨੇ ਕਿ ਤੁਹਾਨੂੰ ਫੀਸ ਦੀ ਪਰਵਾਹ ਨਹੀਂ। ਸੋ ਮੈਨੂੰ ਲੱਗਦਾ ਕਿ ਉਹ ਜੇ ਚੰਗਾ ਉਪਰਾਲਾ ਕਰਨਗੇ ਸਰਕਾਰਾਂ ਦਾ, ਫਿਰ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ 'ਚ ਲੰਬਾ ਟਾਈਮ ਨਿਕਲ ਜਾਂਦਾ। ਹਾਲਾਂਕਿ ਭਗਵੰਤ ਮਾਨ ਸਰਕਾਰ ਦਾ ਮੇਨ ਏਜੰਡਾ ਹੀ ਇਹ ਹੈ ਕਿ ਅਸੀਂ ਜਿਹੜੇ ਸਕੂਲ ਨੇ, ਸਰਕਾਰੀ ਸਕੂਲ ਨੇ, ਉਹਨਾਂ ਨੂੰ ਮੁੜ ਸੁਰਜੀਤ ਕਰਨਾ। ਸੋ ਬਹੁਤ ਸਾਰੇ ਐਫਰਟ ਵੀ ਕਰ ਰਹੇ ਨੇ, ਪਰ ਮੈਨੂੰ ਲੱਗਦਾ ਕਈ ਵਾਰ ਸਰਕਾਰੀ ਐਫਰਟਾਂ ਵਿੱਚ ਟਾਈਮ ਲੱਗ ਜਾਂਦਾ, ਕਿਉਂਕਿ ਹੋਰ ਕੰਮ ਬਹੁਤ ਸਾਰੇ ਨੇ, ਉਹਨੇ ਟਾਈਮ ਜਿਹੜਾ ਪੀਰੀਅਡ ਲੰਘ ਗਿਆ ਉਹ ਬੱਚਿਆਂ ਦੀ ਜ਼ਿੰਦਗੀ ਕਿਤੇ ਨਾ ਕਿਤੇ ਜਗਮਗਾ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਲੱਗਦਾ
ਜੇ ਸਮਾਜ ਸੋਹਣਾ ਬਣਾਉਣਾ ਹੈ ਸਾਨੂੰ ਆਪ ਹੀ ਲੋਕਾਂ ਨੂੰ ਰਲ ਕੇ ਛੋਟੇ ਛੋਟੇ ਐਫਰਟ ਕਰਨੇ ਚਾਹੀਦੇ ਨੇ ਤਾਂ ਕਿ ਸਿੱਖਿਆ ਜਿਹੜੀ ਹੈ ਉਹ ਹੋਰ ਵੱਡੀ ਹੋ ਸਕੇ ਔਰ ਚੰਗੀ ਹੋ ਸਕੇ। ਬਿਲਕੁਲ ਬਿਲਕੁਲ। ਸੋ ਸਰਕਾਰਾਂ ਦੇ ਨਾਲ ਨਾਲ ਜੀ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿ ਅਸੀਂ ਜਿੰਨਾ ਕੁ ਆਪਣੇ ਹੱਥ 'ਚ ਆਉਂਦੀਆਂ ਚੀਜ਼ਾਂ ਉਹ ਸੇਵਾ ਨਿਭਾ ਸਕੀਏ। ਜਿੱਦਾਂ ਇਹਨਾਂ ਨੇ ਆਪਣੀ ਸੇਵਾ ਨਿਭਾਈ ਹੈ, ਇੱਕ ਬਹੁਤ ਸੋਹਣੀ ਫਿਲਮ ਸਾਡੇ ਸਾਹਮਣੇ ਲੈ ਕੇ ਆਏ ਨੇ ਜਿਹੜੀ ਇਸ ਮੁੱਦੇ ਨੂੰ ਸਾਹਮਣੇ ਰੱਖਦੀ ਹੈ, ਸਾਡੀ ਸਿੱਖਿਆ ਦੇ ਵਿੱਚ ਸਾਹਮਣੇ ਲੈ ਕੇ ਆਉਂਦੀ ਹੈ ਚੀਜ਼ਾਂ ਨੂੰ। ਸੋ ਤੁਹਾਡਾ ਫਰਜ਼ ਬਣਦਾ ਜੀ ਇੱਕ ਵਾਰ ਐਟਲੀਸਟ ਇਹ ਫਿਲਮ ਨੂੰ ਦੇਖਿਆ ਜ਼ਰੂਰ ਜਾਵੇ, ਉਹਦੇ ਰਿਵਿਊ ਜ਼ਰੂਰ ਦੱਸਿਓ ਸਾਨੂੰ ਦੇਖਣ ਤੋਂ ਬਾਅਦ ਕਿ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ। ਆਪਾਂ ਤੁਹਾਨੂੰ ਮਿਲਾਂਗੇ ਇੱਕ ਹੋਰ ਨਵੀਂ ਫਿਲਮ ਦੇ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਸਰ, ਮਿਹਰਬਾਨੀ, ਥੈਂਕ ਯੂ।